थोड़ी गलबात होर कर लगे जी कि चिंता हुई पई है मिंटू जी कि अज कयामत दा दिन आ, ये की कहानी है मिंटू जी? चिंता तो देखो पिछले दो तीन दिन तो चलती पई आ। असल च की है कि आपां तो इधर ज़्यादा रुझे होंने जी, तो इंडिया च की है कि मीडिया जड़ा है ना एक इस नीति ते चलन लग पिया जिथे वो ना सिर्फ मोदी साहब दे जिहड़े इत्थों दे सियासी मुफाद ने जी वो उन्हां नूं तंदरुस्त रखण दा तहैया करदा है, बल्कि कौमांतरी पद्धर ते भी जिहड़ियां चीज़ां मुफीद हुंदियां ने जिहड़ियां चीज़ां नुकसानदायक हुंदियां उन्हां दे विच इक लाइन खिंच के चलदा है जी। क्योंकि कौमांतरी कूटनीति च भी ते कुछ चीज़ां जिहड़ियां ने इत्थों दी राजनीति ते असर पाउंदियां ने। हुण मसला जिहड़ा कियामत दा दिन जिवें तुसीं क्या अज तुहानूं पता कि वार की है? शुक्रवार है जी। बहुत जल्दी धौण चक्की तुसीं क्योंकि तुहाडा अज लास्ट दिन है प्रोग्राम दा जी, मतलब कि इस हफ्ते दा जी। ਇਹ ਹਜ਼ੂਰ ਰਮਜ਼ਾਨ ਦਾ ਜਿਹੜਾ ਪਵਿੱਤਰ ਮਹੀਨਾ ਸਮਝਿਆ ਜਾਂਦਾ ਇਸਲਾਮ ਦਾ ਉਹਦਾ ਕਹਿ ਲਓ ਕਿ ਆਖਰੀ ਸ਼ੁੱਕਰਵਾਰ ਆ ਜੀ। ਆਖਰੀ ਸ਼ੁੱਕਰਵਾਰ ਆ ਅਤੇ ਈਰਾਨ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਕੁਦਸ ਡੇ। ਹੁਣ ਤੁਸੀਂ ਕਹੋਗੇ ਕਿ ਕੁਦਸ ਕੀ ਹੁੰਦਾ ਜੀ? ਮੈਂ ਤੁਹਾਨੂੰ ਫਿਰ ਥੋੜ੍ਹਾ ਜਿਹਾ ਜ਼ਿਆਦਾ ਜੇ ਜਾਵਾਂਗੇ ਆਪਾਂ ਹਿਸਟਰੀ 'ਚ ਤਾਂ ਬਹੁਤ ਲੰਮੀ ਹੋ ਜਾਂਦੀ ਹੈ ਵੀਡੀਓ। ਸਾਡੀ ਤਕਨੀਕੀ ਟੀਮ ਵੀ ਕਹਿ ਦਿੰਦੀ ਹੈ ਕਿ ਤੁਸੀਂ ਯਾਰ ਕਈ ਵਾਰ ਰਾਹ ਜਿਹੜੀ ਆ ਨਾ ਬੜੀ ਲੰਬੀ ਮੰਨ ਲੈਂਦੇ ਜੇ ਅਤੇ ਆਡੀਅੰਸ ਵੀ ਰੀਲ ਪਾ ਕੇ ਭੁੱਲ ਜ਼ਿਆਦਾ ਲੰਬਾ ਨਹੀਂ ਲੈ ਕੇ ਜਾਂਦਾ ਜੀ। ਜਿਸ ਵੇਲੇ ਮਤਲਬ ਕਿ ਸਾਡਾ ਜਨਮ ਹੋਇਆ ਜਿੰਨਾ ਸਮਿਆਂ 'ਚ ਉਸ ਸਮੇਂ ਈਰਾਨ ਕ੍ਰਾਂਤੀ ਹੋਈ ਸੀਗੀ। ਈਰਾਨ ਕ੍ਰਾਂਤੀ ਤੋਂ ਪਹਿਲਾਂ ਉੱਥੇ ਹੁੰਦਾ ਸੀ ਸ਼ਾਹਰਜ਼ਾ ਪਹਿਲਵੀ, ਉਹ ਪ੍ਰੋ ਅਮੈਰੀਕਨ ਬੰਦਾ ਸੀਗਾ, ਸ਼ਾਸਕ ਸੀਗਾ। ਅਤੇ ਜੇ ਤੁਸੀਂ ਦੇਖੋਗੇ ਤਾਂ ਵੈਸਟਰਨ ਕਲਚਰ ਦੇ ਜੇ ਕਿਤੇ ਸਭ ਤੋਂ ਵੱਡੀ ਝਲਕ ਪੈਂਦੀ ਸੀ ਉਹ ਈਰਾਨ 'ਚ ਪੈਂਦੀ ਸੀਗੀ ਜੀ। ਉਹਨਾਂ ਟਾਈਮਾਂ ਦੀਆਂ ਕੁੜੀਆਂ ਦੀਆਂ ਫੋਟੋਆਂ ਕੱਢ ਕੇ ਵੇਖ ਲਿਓ ਜੀ, ਯਾਨੀ ਉਹਨਾਂ ਨੇ ਪੂਰਾ ਆਪਣਾ ਬਾਜ਼ਾਰ ਬਣਾ ਰੱਖਿਆ ਸੀ। ਹੁਣ ਜ਼ਾਰਾ ਜੀ ਗੱਲ ਹੈ ਨਾ ਕਿ ਤੁਸੀਂ ਐਪਲ ਫੋਨ ਆਪ ਥੋੜ੍ਹੀ ਬਣਾ ਰਹੇ ਹੋ ਜੀ, ਜੇ ਐਪਲ ਦਾ ਅੱਜ ਤੁਹਾਡਾ ਸਟੈਂਡਰਡ ਹੈ ਤਾਂ ਕਿੱਥੋਂ ਲੈ ਰਹੇ ਹੋ? ਅਮੈਰੀਕਾ ਹੀ ਵੇਚ ਰਿਹਾ ਨਾ ਜੀ, ਸਮਝਦੇ ਹੋ ਨਾ? ਹਾਰਲੇ ਡੇਵਿਡਸਨ ਕਿ ਜੇ ਚਲਾਉਂਦੇ ਹੋ ਤੁਸੀਂ ਅੱਜ, ਉਹਦੀ ਤਾਂ ਆਵਾਜ਼ ਹੀ ਸੁਣ ਕੇ ਮੈਂ ਤਾਂ ਡਰ ਜਾਂਦਾ ਕਈ ਵਾਰ ਜੀ। ਹਾਰਲੇ ਡੇਵਿਡਸਨ ਜਿਹੜਾ ਲੈਂਦੇ ਜੇ ਸਟੈਂਡਰਡ ਵਾਸਤੇ ਉਹ ਕਿਤੇ ਫਲੋਰ ਬਣਦਾ ਜੀ, ਤਾਂ ਮਤਲਬ ਕਿ ਅਮੈਰੀਕਾ ਦੀ ਬਸਤੀ ਗੁਆਚ ਗਈ। ਕਿਉਂਕਿ ਖੁਮੈਨੀ ਨੇ ਧਾਰਮਿਕ ਤੌਰ 'ਤੇ ਕਹਿ ਲਓ ਕਿ ਇੱਕ ਕ੍ਰਾਂਤੀ ਲਿਆਂਦੀ ਕਿ ਨਹੀਂ 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 ਇਹਨਾਂ ਚੀਜ਼ਾਂ ਨੂੰ ਛੱਡੋ, ਅਸੀਂ ਧਰਮ ਆਧਾਰਿਤ ਆਪਣੀ ਨੀਤੀ 'ਤੇ ਚੱਲਣਾ ਜੀ। ਠੀਕ ਹੈ ਜੀ, ਹੋ ਗਿਆ ਜੀ। ਚਲੋ ਉਸ ਤੋਂ ਬਾਅਦ ਕੀ ਹੁੰਦਾ ਕਿ ਅਮੈਰੀਕਾ ਗੁੱਸੇ 'ਚ ਹੁਣ ਕੁਛ ਨਾ ਕੁਛ ਤਾਂ ਕਰੂਗਾ, ਕਿਉਂਕਿ ਉੱਥੇ ਕਹਿ ਲਓ ਕਿ ਬੜਾ ਸ਼ੈਤਾਨ ਆ ਜੀ। ਈਰਾਨ ਇਰਾਕ ਦਾ ਜੰਗ ਇਹ ਸਭ ਚੀਜ਼ਾਂ ਵਾਪਰਦੀਆਂ ਨੇ ਜੀ, ਉਹ ਵਾਪਰਦੀਆਂ। ਚਲੋ ਅੱਗੇ ਆ ਜਾਓ, ਹੁਣ ਫਿਰ ਇੱਥੇ ਅਰਬ ਸਪਰਿੰਗ ਹੁੰਦਾ ਜਿਹੜਾ, ਉਹ ਤਾਂ ਫੇਸਬੁੱਕ ਉਦੋਂ ਚਲਾਉਣ ਹੀ ਲੱਗੇ ਸੀ ਅਸੀਂ, ਉਦੋਂ ਵੀ ਹੋਇਆ। ਹੁਣ ਜਿਹੜਾ ਈਰਾਨ ਆ, ਈਰਾਨ ਜਿਹੜਾ ਉਹ ਸ਼ੀਆਂ, ਇੱਥੇ ਬਹੁਲਤਾ ਸ਼ੀਆਂ ਦੀ ਆ ਜੀ। ਦੂਸਰੇ ਪਾਸੇ ਇਹ ਨੰਬਰਦਾਰ ਨੇ ਸ਼ੀਆਂ ਦੇ ਕਹਿ ਲਓ, ਤਾਂ ਦੂਸਰੇ ਪਾਸੇ ਸਾਊਦੀ ਆ, ਉਹ ਸੁੰਨੀਆਂ ਦੇ ਨੰਬਰਦਾਰ ਆਪਣੇ ਆਪ ਨੂੰ ਅਖਵਾਉਂਦੇ ਆ ਜੀ ਜੀ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਆਲੇ ਦੁਆਲੇ ਦੇਖੋਗੇ ਤਾਂ ਕਿਹੜਾ ਮੁਲਕ ਆ ਗਿਆ? ਸੀਰੀਆ ਆ ਗਿਆ, ਫਿਰ ਲੈਬਨਾਨ ਆ ਗਿਆ, ਅਜਿੱਥੇ ਤੁਸੀਂ ਸੁਣਦੇ ਹੋ ਹਿਜ਼ਬੁੱਲਾ, ਯਮਨ, ਹਮਾਸ ਆ ਗਿਆ ਫਿਲਿਸਤੀਨ ਦੇ ਵਿੱਚ। ਤਾਂ ਗੱਲ ਕੀ ਹੈ ਕਿ ਕੁਛ ਥਾਵਾਂ 'ਤੇ ਜਾ ਕੇ ਈਰਾਨ ਹਮਾਸ ਨੂੰ ਵੀ ਸਪੋਰਟ ਕਰਦਾ ਇਜ਼ਰਾਈਲ ਦੀ ਦੁਸ਼ਮਣੀ ਕਰਕੇ ਜੀ, ਕਿਉਂਕਿ ਇਜ਼ਰਾਈਲ ਨਾਲ ਤਾਂ ਫਿਰ ਸਾਰਿਆਂ ਦੀ ਦੁਸ਼ਮਣੀ ਹੈ ਨਾ ਲਾਗੇ ਬੰਨੇ ਉੱਥੇ ਮਿਡਲ ਈਸਟ ਦੇ ਵਿੱਚ ਜੇ ਤੁਸੀਂ ਦੇਖੋਗੇ ਹਿਸਾਬ ਕਿਤਾਬ ਜੀ। ਯਹੂਦੀਆਂ ਨਾਲ ਤਾਂ ਪੰਗਾ ਹੈ ਹੀ ਹੈ। ਤਾਂ ਹੁੰਦਾ ਕੀ ਹੈ, ਸਭ ਤੋਂ ਵੱਡੀ ਗੱਲ ਜਿਹੜੀ ਹੈ ਜੋ ਆਪਾਂ ਨਿਬੇੜੀਏ ਛੇਤੀ, ਤਾਂ ਤੁਹਾਨੂੰ ਯਾਦ ਹੋਣਾ ਸੁਲੇਮਾਨੀ ਮਰਿਆ ਸੀਗਾ ਕਰੋਨਾ ਜਿਸ ਸਾਲ ਆਇਆ 20 ਚ ਜੀ, ਇਹਨਾਂ ਦਾ ਬਹੁਤ ਵੱਡਾ ਕਹਿ ਲਓ ਕਿ ਘੈਂਟ ਬੰਦਾ ਸੀਗਾ ਸੁਲੇਮਾਨੀ। ਤਾਂ ਉਹ ਕੁਦਸ 'ਤੇ ਆਪਾਂ ਜਾ ਰਹੇ ਸੀਗੇ ਨਾ, ਤਾਂ ਉਹਨੂੰ ਥੋੜ੍ਹਾ ਜਿਹਾ ਆਪਾਂ ਰਲਾ ਲਈਏ ਕਿ ਕੁਦਸ ਕਿਹੜੀ ਗੱਲ ਕਹਿੰਦੇ ਆ। ਤਾਂ ਜਦੋਂ ਇਹਨਾਂ ਨੇ ਧਾਰਮਿਕ ਕ੍ਰਾਂਤੀ ਕਰ ਦਿੱਤੀ ਨਾ, ਤਾਂ ਇਹਨਾਂ ਨੇ ਬਣਾਇਆ ਸੀਗਾ ਇਰਾਨੀਅਨ ਰੈਵੋਲਿਊਸ਼ਨਰੀ ਗਾਰਡ, ਇੱਕ ਦਸਤਾ, ਇੱਕ ਜਿੱਦਾਂ ਵੈਗਨਰ ਫੌਜ ਦਾ ਬੜਾ ਜ਼ਿਕਰ ਚੱਲਦਾ, ਇਸ ਤਰ੍ਹਾਂ ਦੀ ਫੌਜ ਸੀ। ਉਸ ਫੌਜ ਦੀ ਜਿਹੜੀ ਇੰਟੈਲੀਜੈਂਸੀ ਹੈ, ਏਜੰਸੀ ਹੈ ਜਿਹੜੀ,
कह लो सीक्रट खुफिया एजेंसी, वह है कुदस, समझे तुसी कुदस फोर्सेस कहिंदे आ। सीरिया दे विच की सीगा कि जिहड़ा वह हैगा बसर अल असद, शायद उहदा नाम है राष्ट्रपति का, उहदे खिलाफ आई एस उठ खड़िया। आई एस एस वालों का तुहानूं पता ना किन्ना जोर सीगा उस वेले, तां उहनूं बचाउण दे विच ईरान सीगा रशिया सीगा। मुकदी जी गल करिए आपां ਤਾਂ ਮਤਲਬ ਕਿ ਇਸ ਤਰ੍ਹਾਂ ਇੱਥੇ ਭੇਡ ਚੱਲਦਾ ਸੀ, ਇਜ਼ਰਾਈਲ ਦੇ ਨਾਲ ਸਾਂਝੀ ਦੁਸ਼ਮਣੀ ਸਾਰਿਆਂ ਦੀ ਹੈਗੀ ਆ। ਤਾਂ ਉਹ ਜਿਹੜਾ ਇਰਾਨੀਅਨ ਰੈਵੋਲਿਊਸ਼ਨਰੀ ਗਾਰਡ, ਉਹਦਾ ਸਭ ਤੋਂ ਵੱਡਾ ਕਹਿ ਲਓ ਕਿ ਕਰਤਾ ਧਰਤਾ ਉਹ ਸੀਗਾ, ਕੁਦਸ ਫੋਰਸਸ ਦਾ ਉਹ ਕਰਤਾ ਧਰਤਾ ਸੀ ਬੰਦਾ ਸੁਲੇਮਾਨੀ, ਇਹਨਾਂ ਨੇ ਮਾਰ ਦਿੱਤਾ ਜੀ। ਫਿਰ ਉਸੇ ਸਾਲ ਇੱਕ ਹੈਗਾ ਸੀ ਫਕੀਰ ਜ਼ਾਇਦਾ, ਉਹ ਇਹਨਾਂ ਦਾ ਨਿਊਕਲੀਅਰ ਬੰਬ ਬਣਾ ਰਿਹਾ ਸੀਗਾ, ਉਹਨੂੰ ਮਾਰ ਦਿੱਤਾ। ਇਸ ਤਰ੍ਹਾਂ ਕਰਦੇ ਕਰਦੇ ਇਹਨਾਂ ਨੇ ਤਿੰਨ ਉਹਨਾਂ ਦੇ ਵੱਡੇ ਬੰਦੇ ਮਾਰੇ। ਪਰ ਹੋਇਆ ਕੀ ਆ ਕਿ 1 ਅਪ੍ਰੈਲ ਨੂੰ ਜੋ ਸੀਰੀਆ ਦੇ ਮੈਂ ਗੱਲ ਕਰ ਰਿਹਾ ਕਿ ਉੱਥੇ ਜੋ ਚੱਲਦਾ ਪਿਆ, ਇਹਨਾਂ ਦਾ ਉੱਥੇ ਜਿਹੜਾ ਕੌਂਸੂਲੇਟ ਸੀਗਾ, ਕੌਂਸੂਲੇਟ ਹੀ ਕਹਿੰਦੇ ਹਾਂ ਨਾ ਆਪਾਂ, ਇੱਕ ਤਾਂ ਅੰਬੈਸੀ ਹੁੰਦੀ ਇੱਕ ਕੌਂਸੂਲੇਟ, ਉਹਦੇ ਉੱਤੇ ਬੰਬ ਮਾਰਿਆ ਗਿਆ। ਕਹਿੰਦੇ ਆ ਕਿ F-16 ਦੇ ਜ਼ਰੀਏ ਸੁੱਟਿਆ ਗਿਆ ਉੱਥੇ ਬੰਬ। ਤਾਂ ਹੁਣ ਮਸਲਾ ਉਹ ਮੈਂ ਤੁਹਾਨੂੰ ਤਾਂ ਇਹ ਦੱਸਿਆ ਕਿ ਸੀਰੀਆ ਦੇ ਵਿੱਚ ਵੀ ਇਹ ਸਭ ਕੁਝ ਚੱਲਦਾ ਰਿਹਾ ਅਤੇ ਦੋਵੇਂ ਮੁਲਕ ਕਿਤੇ ਨਾ ਕਿਤੇ ਇਨਵੋਲਵ ਨੇ। ਤਾਂ ਉੱਥੇ ਹੁਣ ਕੀ ਹੈ ਕਿ ਬੜਾ ਵੱਡਾ ਰੌਲਾ ਪੈ ਗਿਆ, ਇਹਨਾਂ ਦੇ ਬ੍ਰਿਗੇਡੀਅਰ ਜਨਰਲ ਰੈਂਕ ਦੇ 2 ਮਾਰੇ ਗਏ, ਉਹ ਗਾਂ ਸੁਲੇਮਾਨੀ ਦੇ ਕਹਿ ਲਓ ਕਿ ਰਾਈਟ ਹੈਂਡ ਸੀਗੇ ਜੀ। ਗੱਲਾਂ ਜੁੜਦੀਆਂ ਜੁੜਦੀਆਂ ਜਿਹੜੀਆਂ, ਹੁਣ ਇਹ ਰੌਲਾ ਪੈ ਗਿਆ ਪੂਰੀ ਦੁਨੀਆ ਦੇ ਵਿੱਚ ਕਿ ਇੱਥੇ ਆਤੀ ਕਰਾ ਦਿੱਤੀ ਇਹਨਾਂ ਨੇ ਜੀ। ਕਿਉਂਕਿ ਇਰਾਨ ਨੇ ਸਿੱਧੇ ਤੌਰ 'ਤੇ ਕਿਹਾ ਅਸੀਂ ਬਦਲਾ ਲਵਾਂਗੇ। ਸੈਕਿੰਡ ਚੀਜ਼ ਕਿ ਇਹਦੇ 'ਚ ਅਮਰੀਕਾ ਇਨਵੋਲਵ ਹੈ, ਅਮਰੀਕਾ ਦੀ CIA ਕਹਿ ਰਹੀ ਹੈ ਕਿ ਹਮਲਾ ਹੋ ਸਕਦਾ ਹੈ ਅੱਜ ਸ਼ੁੱਕਰਵਾਰ ਤੱਕ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਤਫਾਕ ਨੇ ਸਭ ਕੁਝ ਸੀਗਾ। ਤਾਂ ਆਖਰੀ ਜੁਮਾ ਜੁਮੇ ਰੋਜ਼ ਜਿਹਨੂੰ ਆਪਾਂ ਕਹਿ ਦਿੰਦੇ ਸ਼ੁੱਕਰਵਾਰ, ਤਾਂ ਉਦਣ ਦੀ ਇੱਕ ਤਰ੍ਹਾਂ ਨਾਲ ਕਿਆ ਸਰਾਈ ਲਾਈ ਗਈ ਕਿ ਬਈ ਇਹ ਸਾਰਾ ਕੁਛ ਹੋ ਸਕਦਾ। ਤਾਂ ਫਿਰ ਸਵਾਲ ਇਹ ਪੈਦਾ ਹੋਏ ਕਿ ਬਈ CIA ਜੇ ਇਹ ਸਾਰਾ ਕੁਛ ਪਤਾ ਲਾ ਸਕਦੀ ਆ ਤਾਂ ਫਿਰ ਉਸ ਹਮਲੇ ਦਾ ਕਿਉਂ ਨਹੀਂ ਪਤਾ ਲਾਇਆ। ਅਤੇ ਦੂਜੀ ਗੱਲ ਆ, ਇੱਕ ਅਮੈਰੀਕਾ ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ ਸੀ ਇਹਦੇ ਬਾਰੇ। ਇਜ਼ਰਾਈਲ ਨੇ ਹੁਣ ਪਤਾ ਨਹੀਂ ਕੀ ਕਿਹਾ, ਉਹ ਤਾਂ ਇਹ ਕਹਿ ਦੇਣਗੇ ਜੀ ਭੁਲੇਖੇ ਨਾਲ ਹੋ ਗਿਆ। ਪਰ ਹੁੰਦਾ ਕੀ ਆ ਕਿ ਇੱਕ ਸਾਈਡ ਇਹਨਾਂ ਦੀ ਅੰਬੈਸੀ ਸੀ ਵਿੱਚ ਕੌਂਸੂਲੇਟ ਆ ਗਿਆ, ਇੱਕ ਸਾਈਡ ਕੈਨੇਡਾ ਦੀ ਅੰਬੈਸੀ ਸੀ। ਅਤੇ ਕਮਾਲ ਦੀ ਗੱਲ ਹੈ ਕਿ ਇੱਕ ਦਿਨ ਸ਼ਾਇਦ ਪਹਿਲਾਂ ਕਿ ਅੱਧਾ ਦਿਨ ਪਹਿਲਾਂ ਉਹ ਖਾਲੀ ਹੋ ਜਾਂਦੀ ਹੈ ਜੀ, ਜਿਹੜੀ ਨਾਲ ਲੱਗਵੀਂ ਸੀਗੀ ਉੱਥੇ। ਹਾਂਜੀ, ਇਹ ਹੀ ਰਹਿ ਜਾਂਦਾ। ਅਤੇ ਇਹਦੇ ਵਿੱਚ 7 ਇਹਨਾਂ ਦੇ ਬੰਦੇ ਮਰ ਗਏ ਆ, ਅਤੇ ਇਰਾਨ ਦੇ ਵਿੱਚ ਮਤਲਬ ਕਿ ਪੂਰੀ ਹਿਲਜੁਲ ਹੈ ਇਸ ਵੇਲੇ। ਅਤੇ ਜਿਹੜੇ ਹੈਗੇ ਆ ਇਜ਼ਰਾਈਲੀ ਯਹੂਦੀ, ਯਹੂਦੀ ਜਿਹੜੀ ਉਹਨਾਂ ਦੀ ਰਿਜ਼ਰਵ ਹੈਗੀ ਆ ਨਾ ਆਰਮੀ ਜੀ, ਉਹਨਾਂ ਦੀਆਂ ਛੁੱਟੀਆਂ ਛੱਟੀਆਂ ਸਭ ਦੀਆਂ ਕੈਂਸਲ ਕਰ ਦਿੱਤੀਆਂ, ਅਸਲਾ ਬਰੂਦ ਸਭ ਮਤਲਬ ਕਿ ਅਲਰਟ 'ਤੇ ਨੇ ਇਸ ਵੇਲੇ। ਤਾਂ ਕਿਹਾ ਜਾ ਰਿਹਾ ਕਿ ਕਿਆਮਤ ਦਾ ਦਿਨ ਇਸ ਵਾਸਤੇ ਆ, ਲੋਕ ਕਹਿ ਰਹੇ ਨੇ, ਸਿਆਣੇ ਲੋਕ ਜਿਹੜੇ ਜੰਗਾਂ ਨੂੰ ਕਵਰ ਕਰਦੇ ਆ, ਕਿ ਬਈ ਹੋ ਸਕਦਾ ਜੇ ਹਮਲਾ ਹੋਇਆ ਤਾਂ ਇਹ 3rd World War ਦੀ ਜਿਹੜੀ ਆ ਸ਼ੁਰੂਆਤ ਹੋ ਜਾਵੇ। ਜੇ ਇਰਾਨ ਇਜ਼ਰਾਈਲ 'ਤੇ ਹਮਲਾ ਕਰਦਾ ਜੀ ਤਾਂ ਇਹ 3rd ਸੰਸਾਰ ਜੰਗ ਦੀ ਸ਼ੁਰੂਆਤ ਹੋ ਸਕਦੀ ਆ। ਤਾਂ ਉਹ ਕਿਆਮਤ ਦਾ ਦਿਨ ਕਹਿੰਦੇ ਆ, ਕਿਉਂਕਿ ਤੁਹਾਨੂੰ ਪਤਾ ਰਸ਼ੀਆ, ਚਾਈਨਾ, ਇਰਾਨ ਇਹ ਇਕੱਠੇ ਆ। ਤਾਂ ਦੂਸਰੇ ਪਾਸੇ ਤੁਹਾਨੂੰ ਪਤਾ ਯਹੂਦੀ ਤਾਂ ਐਵੇਂ ਲੱਗਦਾ ਕਿ ਬਸ ਮਤਲਬ ਕਿ ਅਮਰੀਕਾ 'ਤੇ ਵੀ ਹਾਵੀ ਹੋਏ ਬੈਠੇ ਆ। ਅਮਰੀਕਾ ਜਿਸ ਤਰ੍ਹਾਂ ਦਾ ਹਮਾਸ ਤੋਂ ਬਾਅਦ ਹਮਲਾ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਕਤਲੇਆਮ ਕੀਤਾ ਬੱਚਿਆਂ ਦਾ, ਔਰਤਾਂ ਦਾ, ਇਹਨਾਂ ਨੇ ਜਾ ਕੇ, ਅਤੇ ਉਹ ਕੁਝ ਵੀ ਨਹੀਂ ਬੋਲ ਪਾ ਰਹੇ। ਸੋ ਇਸ ਵਾਸਤੇ ਹੁਣ ਲੋਕਾਂ ਨੂੰ ਇੱਕ ਧੁੜਕੂ ਇਹ ਲੱਗਾ ਕਿ ਬਈ ਸਭ ਕੁਛ ਜਿਹੜਾ ਕਿਤੇ ਤਹਿਸ ਨਹਿਸ ਨਾ ਹੋ ਜਾਵੇ। ਦੁਆ ਕਰਦੇ ਹੋ ਨਾ, ਕਿਸੇ ਸ਼ਾਇਰ ਨੇ ਕਿਹਾ ਸੀਗਾ ਕਿ ਦਫਨ ਕਰ ਦੋ 7 ਸੰਦੂਕੋਂ ਮੇਂ ਭਰ ਕਰ ਨਫ਼ਰਤੇ ਜੀ, ਕਿ ਅਬ ਇਸ ਦੁਨੀਆ ਕੋ ਮੁਹੱਬਤ ਕੀ ਜ਼ਰੂਰਤ ਹੈ ਬਹੁਤ। ਅਤੇ ਜ਼ਰੂਰਤ ਬਈ ਮੁਹੱਬਤ ਦੀ ਆ, ਨਫ਼ਰਤ ਤਾਂ ਤੁਹਾਨੂੰ ਪਤਾ ਹੀ ਅੱਗੇ ਚਰਮ 'ਤੇ ਹੈ ਜੀ 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 ਤਾਂ ਉਮੀਦ ਕਰਦੇ ਹਾਂ ਬਾਈ ਕਿ ਸਭ ਕੁਛ ਠੀਕ ਠਾਕ ਹੋ ਜਾਵੇ, ਸ਼ਾਂਤੀ ਹੋ ਜਾਵੇ। ਗੈਵੀ ਜੀ ਕਹਿ ਰਿਹਾ ਜੀ ਇਜ਼ਰਾਈਲ ਕਦੇ ਆਪਣਾ 3-front ਵਾਰ ਨਹੀਂ ਆਪਣਾ ਲਗਾਏਗਾ ਜੀ, ਕਹਿੰਦੇ ਕਿ ਇਹਨਾਂ ਰਹੇ ਮਰਨਾ ਜੀ, ਅਤੇ ਪਰ ਹਮਲਾ ਹੀ ਜੇ ਇਰਾਨ ਨੇ ਕਰ ਦਿੱਤਾ ਤਾਂ ਫਿਰ ਉਹ ਕੀ ਕਰੇਗਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਗੱਲ ਥੋੜ੍ਹੀ ਧਿਆਨ ਨਾਲ ਸੁਣੋ ਨਾ ਜੀ, ਕਿ ਉਹਨਾਂ 'ਤੇ ਕਿੰਨੀ ਕਹਿ ਲਓ ਕਿ ਇਹ ਹੋ ਗਈ ਅੱਤ ਹੋ ਗਈ ਕਿ ਸੁਲੇਮਾਨੀ ਮਾਰ ਦਿੱਤਾ, ਫਕੀਰ ਜ਼ਾਦੇ ਮਾਰ ਦਿੱਤਾ, ਉੱਤੋਂ ਸੈਟੇਲਾਈਟ ਦੇ ਰਾਹੀਂ ਕਹਿੰਦੇ ਕਿ ਬੰਬ ਮਾਰਿਆ। ਇਹ ਵੀ ਇੱਕ ਬਹੁਤ ਵੱਡੀ ਗੱਲ ਆ ਜਿਹੜਾ ਇਹਨਾਂ ਦਾ ਨਿਊਕਲੀਅਰ ਸਾਇੰਟਿਸਟ ਸੀਗਾ। ਹੁਣ ਉਹਨਾਂ ਦੀ ਕੌਂਸੂਲੇਟ ਦੇ ਹਮਲੇ ਦਾ ਮਤਲਬ ਤੁਹਾਨੂੰ ਪਤਾ ਕਿ ਇੱਕ ਤਰ੍ਹਾਂ ਨਾਲ ਤੁਸੀਂ ਉਸ ਦੇਸ਼ 'ਤੇ ਹਮਲਾ ਔਰ ਇੱਕ ਦੇਸ਼ 'ਤੇ ਹਮਲਾ ਨਹੀਂ ਹੈ,
कौंसुलेट तो उन्हों का जगह तो ईरान की होगी ना, ज्यूरिसडिक्शन होगी। दूसरा तुसी सीरिया च भी एंटर किया, ये भी तो सोचो ना कि इंटरनेशनल लॉज नू मन कित्थे रहे हो तुसी। तो फिर जे मान लो हमला हो गया तो जदों हुण अमेरिका ही नहीं रोक रहा इन्हां चीज़ां नू, जे हमला हो गया तो इजराइल की करेगा? हाँ बिल्कुल, काम खराब हो गया, लड़ाई तो बगैर चारा की बचता? जी 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 जी। तो इधरले पासे तो कमेंट ज़्यादातर आ जिहड़े पॉलिटिक्स नाल जुड़े आ रहे, कोई गल नहीं बई आपां राजनीति की गल थोड़ी होर खोल लैने आ। कमेंट डिलीट बई साढ़े वालों नहीं हो रहे, पता नहीं कोई टैक्नीकल एरर ना हो, बट साढ़े वालों कोई कमेंट किसी का नहीं डिलीट हुंदा पिया जी।